ਨਹੀਂ ਮੇਰੇ ਮਿਸ ਜੀ ਨੂੰ ਆਈ ਡਿਪੂ। ਕੋਈ ਗੱਲ ਨਹੀਂ ਜੀ, ਤੁਹਾਡਾ ਮਤਲਬ ਤੁਹਾਡੀ ਮਿਸ ਜੀ ਨਾਲ ਡਿਪੂ ਹੈ। ਤੁਹਾਡਾ ਨਾਂ ਭਗਵਾਨ ਸਿੰਘ ਹੈ? ਭਗਵੰਤ ਸਿੰਘ ਜੀ। ਭਗਵੰਤ ਸਿੰਘ ਪੁੱਤਰ? ਬਾਬੂ ਸਿੰਘ ਜੀ। ਬਾਬੂ ਸਿੰਘ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਫਤਿਹਗੜ੍ਹ ਸਾਹਿਬ ਤੋਂ ਜੀ। ਇਸ ਪਿੰਡ ਦੇ ਹੋ ਤੁਸੀਂ? ਹਾਂਜੀ। ਅੱਛਾ ਜੀ, ਇਹ ਹੁਣ ਜਿਹੜਾ ਪਹਿਲੀ ਗੱਲ ਤਾਂ ਜਦੋਂ ਫੌਜੀ ਸਾਹਿਬ ਨੇ ਜੀਓ ਜੀ ਨਾਮਦੇਵ ਸਿੰਘ ਜੀ ਨੇ ਤੁਸੀਂ ਬੁਲਾਇਆ ਸੀਗਾ ਜਦੋਂ ਕਣਕ ਮੰਡਣੀ ਸੀ? ਕਿਵੇਂ ਜੀ, ਪਹਿਲੇ ਦਿਨ ਜਦੋਂ ਗੱਡੀਆਂ ਆਈਆਂ ਜੀ, ਹਾਂਜੀ, ਪਹਿਲਾਂ ਸਾਨੂੰ ਮਸ਼ੀਨ ਨਹੀਂ ਮਿਲੀ ਜੀ। ਚਲੋ ਅਲੱਗ ਚੀਜ਼ ਹੈ, ਲੇਕਿਨ ਤੁਸੀਂ ਨਾਮਦੇਵ ਸਿੰਘ ਨੂੰ ਕਣਕ ਵੰਡਣ ਦੇ ਟਾਈਮ ਮੌਜੂਦ ਬੁਲਾਇਆ ਸੀ ਕਿ ਨਹੀਂ ਬੁਲਾਇਆ? ਨਹੀਂ ਸਰ, ਮੈਂ ਇਤਕੀ ਨਹੀਂ ਬੁਲਾਇਆ, ਪਿਛਲੀ ਵਾਰ ਬੁਲਾਇਆ। ਨਹੀਂ ਬੁਲਾਇਆ, ਅੱਜ ਤੁਸੀਂ ਕਿਉਂ ਨਹੀਂ ਬੁਲਾਇਆ ਜੀ? ਕਿਵੇਂ ਜੀ, ਮੈਨੂੰ ਕੋਈ ਐਂ ਨਹੀਂ ਸੀ ਵੀ ਮਾਂ ਵੀ ਹੁਣ ਪੰਚਾਇਤਾਂ ਬਣ ਗਏ ਵੀ ਖਬਰ ਫੌਜੀ ਡਿਊਟੀ ਖਤਮ ਹੋ ਗਈ, ਡਿਊਟੀ ਖਤਮ ਹੋ ਗਈ। ਹਾਂ, ਮੈਨੂੰ ਐਂ ਇਹ ਚੱਕਰ 'ਚ ਰਹਿ ਗਿਆ ਜੀ। ਅੱਛਾ ਜੀ, ਇਹ ਚੱਕਰ 'ਚ ਰਹਿ ਗਿਆ ਤੁਸੀਂ? ਹਾਂਜੀ ਹਾਂ। ਅਤੇ ਜਿਹੜੀ ਅਨਦੋਦਿਆ ਕਾਰਡ ਕਿੰਨੀ ਦੇਣੀ ਚਾਹੀਦੀ ਹੈ ਜੀ? 2-10 ਜੀ। 2-10? ਹਾਂਜੀ। ਫਿਰ ਤੁਸੀਂ ਜੀ ਕਿਸੇ ਨੂੰ ਇੱਕ ਥੈਲਾ ਦਿੱਤੀ ਹੈ ਅਤੇ ਕਿਸੇ ਨੂੰ 2 ਥੈਲੇ, ਕਿਸੇ ਨੂੰ 4 ਥੈਲੇ, ਅਤੇ ਉਹ ਕਾਰਨ ਜੀ? ਨਹੀਂ ਸਰ, ਬਾਕੀ ਸਾਰਿਆਂ ਨੂੰ ਪੂਰੀ 'ਤੇ ਕੋਈ ਹੋ ਰਹੇਗਾ ਸਰ, ਜਿਹੜੇ ਬੈਠੇ ਨੇ 7 ਬੰਦੇ ਬੈਠੇ ਨੇ ਅੱਜ, ਬਾਕੀ ਹੋਰ ਚਲਾਏ ਨਹੀਂ, ਮੌਜੂਦ 7 ਬੰਦੇ ਬੈਠੇ ਨੇ ਤੁਹਾਡੇ ਸਾਹਮਣੇ ਬੈਠੇ ਨੇ ਇੱਥੇ। ਹਾਂਜੀ ਹਾਂਜੀ, ਠੀਕ ਹੈ ਜੀ। ਜਿਹੜਾ ਤੁਸੀਂ ਅਨਦੋਦਿਆ ਮੰਨਦੇ ਹੋ ਵੀ 7 ਥੈਲੇ ਦੇਣੇ ਚਾਹੀਦੇ ਇੱਕ ਕਾਰਡ 'ਤੇ? ਹਾਂਜੀ, 7 ਬੰਦੇ। ਫਿਰ 1 ਥੈਲਾ ਕਿਸ ਬੇਸ 'ਤੇ ਦਿੱਤੀ ਤੁਸੀਂ? ਕਿਹੜੇ ਨੂੰ ਦਿੱਤਾ ਜੀ? 7 ਥੈਲੇ ਗਏ ਨੇ ਜੀ। 7 ਥੈਲੇ ਗਏ ਨੇ? ਆ ਜਾਓ, ਕਿਹੜੇ? ਆ ਜਾਓ ਜੀ, ਆ ਜਾਓ ਸਰਪੰਚ ਸਾਹਿਬ, ਆ ਜਾਓ, ਆ ਜਾਓ ਜੀ, ਇੱਧਰ ਆ ਜੀ। ਤੁਸੀਂ 7 ਥੈਲੇ ਦਿੱਤੇ ਨਹੀਂ ਅਨਦੋਦਿਆ ਦੇ? ਕਿਵੇਂ, ਇਹਨੇ ਕੁਛ ਨੂੰ ਵੀ ਟੈਗ ਕਰੇ? ਹਾਂਜੀ, ਇੱਕ ਕਿੰਨੀਆਂ ਥੈਲੀਆਂ ਮਿਲਣੀਆਂ ਚਾਹੀਦੀਆਂ ਨੇ 7 ਮਿਲਣੀਆਂ ਚਾਹੀਦੀਆਂ ਨੇ ਕਿੰਨੀਆਂ ਮਿਲੀਆਂ ਨੇ 4-10 ਸਾਲ ਹੋ ਗਏ ਜੀ, ਮੈਂ ਨਾਲੇ ਪੁੱਛਦਾ ਹਰ ਵਾਰੀ ਜੀ। ਤੁਹਾਨੂੰ ਹੁਣ ਫਿਰ ਨੌਲੇਜ ਕਿਹਨੇ ਦਿੱਤੀ ਹੈ ਵੀ ਸਾਨੂੰ 7 ਮਿਲਣੀਆਂ ਚਾਹੀਦੀਆਂ? ਸਾਨੂੰ ਤਾਂ ਫੌਜੀ ਸਾਹਿਬ ਨੇ ਦਿੱਤੀ ਹੈ। ਫੌਜੀ ਸਾਹਿਬ ਨੌਲੇਜ ਦਿੱਤੀ ਹੈ? ਪਹਿਲਾਂ ਤੁਹਾਨੂੰ ਪਤਾ ਨਹੀਂ ਸੀ? ਨਾ, ਸਾਨੂੰ ਪਤਾ ਨਹੀਂ। ਅੱਛਾ ਜੀ, ਹਰ ਵਾਰੀ ਪੁੱਛਦੇ ਆ ਜੀ, ਹਰ ਵਾਰੀ ਪਹਿਲਾਂ 35 ਕਿਲੋ ਕਣਕ ਮਿਲਦੀ ਸੀ ਜੀ, ਪਹਿਲਾਂ ਪੁੱਛਣਾ ਫਰਜ਼ ਹੀ ਨਹੀਂ ਬਣਦਾ, ਤੁਹਾਡਾ ਦੱਸਣਾ ਫਰਜ਼ ਬਣਦਾ ਹੈ। ਤੁਹਾਡਾ ਕੀ ਨਾਂ ਜੀ? ਦਿਲਬਾਗ ਸਿੰਘ ਜੀ। ਦਿਲਬਾਗ ਸਿੰਘ ਜੀ, ਤੁਹਾਡਾ ਅਨਦੋਦਿਆ ਕਾਰਡ ਬਣਿਆ ਹੋਇਆ ਹੈ? ਹਾਂ ਜੀ, ਬਣਿਆ ਹੋਇਆ ਹੈ। ਤੁਹਾਨੂੰ ਕਿੰਨੀਆਂ ਥੈਲੀਆਂ ਮਿਲ ਜਾਂਦੀਆਂ ਤੁਹਾਨੂੰ ਪਤਾ ਹੁਣ? ਹਾਂ ਜੀ। ਇਹ ਤੋਂ ਪਹਿਲਾਂ ਨਹੀਂ ਸੀ ਪਤਾ? ਨਾ ਜੀ। ਤੁਹਾਨੂੰ ਕਿੰਨੀਆਂ ਥੈਲੀਆਂ ਮਿਲੀਆਂ ਨੇ? 4 ਮਿਲੀਆਂ ਨੇ ਜੀ। 3 ਘੱਟ ਤੁਹਾਨੂੰ ਮਿਲੀਆਂ ਨੇ 3 ਘੱਟ ਆਓ ਡਿਪੂ ਹੋਲਡਰ ਜੀ ਤੁਸੀਂ ਕਿਹਾ ਦਿੱਤੀਆਂ ਸਭ ਨੂੰ ਹਾਂ ਜੀ। ਤੁਹਾਡਾ ਕੀ ਨਾਂ ਜੀ? ਕਰਮਜੀਤ ਸਿੰਘ। ਤੁਹਾਨੂੰ 7 ਥੈਲੀਆਂ ਮਿਲਣੀਆਂ ਚਾਹੀਦੀਆਂ ਜੀ? ਤੁਹਾਡਾ ਅਨਦੋਦਿਆ ਕਾਰਡ ਬਣਿਆ ਹੋਇਆ? ਹਾਂ ਜੀ। ਤੁਹਾਨੂੰ ਕਿੰਨੀਆਂ ਮਿਲੀਆਂ ਜੀ? 5 ਜੀ। ਆਓ ਡਿਪੂ ਹੋਲਡਰ ਸਾਹਿਬ ਜੀ, ਕਰੋ ਗੱਲ। ਹਾਂ ਜੀ, ਤੁਹਾਡਾ ਕੀ ਨਾਂ ਜੀ? ਕਰਮਜੀਤ ਸਿੰਘ ਜੀ। ਕਰਮਜੀਤ ਸਿੰਘ ਜੀ, ਤੁਹਾਨੂੰ ਦੂਜਾ ਭਾਈ ਹੈ? ਹਾਂ ਜੀ। ਤੁਹਾਡਾ ਅਨਦੋਦਿਆ ਕਾਰਡ ਬਣਿਆ ਹੋਇਆ? ਹਾਂ ਜੀ। ਤੁਹਾਨੂੰ ਪਤਾ 7 ਥੈਲੀਆਂ ਮਿਲਣੀਆਂ ਚਾਹੀਦੀਆਂ ਸੀ? ਸਾਨੂੰ ਨਹੀਂ ਪਤਾ ਸੀ। ਹੁਣ ਪਤਾ ਲੱਗ ਗਿਆ? ਹਾਂ ਜੀ। ਤੁਹਾਨੂੰ ਕਿਹਨੇ ਦੱਸਿਆ? ਸਾਨੂੰ ਫੌਜੀ ਸਾਹਿਬ ਨੇ ਦੱਸਿਆ। ਫੌਜੀ ਸਾਹਿਬ ਨੇ ਦੱਸਿਆ? ਹਾਂ ਜੀ। ਹੁਣ ਤੁਹਾਨੂੰ ਕਿੰਨੀਆਂ ਮਿਲੀਆਂ ਨੇ? 5 ਬੈਗ ਮਿਲੀ ਨੇ। 2 ਘੱਟ ਮਿਲੀਆਂ? ਹਾਂ ਜੀ। ਪਹਿਲਾਂ ਵੀ ਇਸ ਨਾਲ ਕਰਦੇ ਸੀ? ਪਹਿਲਾਂ ਹੀ 10-11 ਸਾਲ ਹੋ ਗਈ, ਇਹੀ ਕੁਛ ਹੋ ਰਿਹਾ। 2 ਸਾਲਾਂ ਨੇ ਮੇਰਾ ਕਣਕ ਵਾਲਾ ਕਾਰਡ ਲੁਕੋ ਲਿਆ ਜੀ। ਹਾਂ ਜੀ। ਤੁਸੀਂ ਕਹਿੰਦੇ ਹੋ ਵੀ ਸਭ ਨੂੰ ਅਸੀਂ ਕਣਕ ਬਰਾਬਰ ਦਿੱਤੀ ਹੈ, ਅਨਦੋਦਿਆ ਕਾਰਡ ਪੂਰੇ ਦਿੱਤੇ ਨੇ, ਇਹ ਸਾਰੇ ਬੰਦੇ ਮੌਜੂਦ ਨੇ? ਹਾਂ ਜੀ। ਸਰਪੰਚ ਸਾਹਿਬ ਮੌਜੂਦ ਨੇ? ਹਾਂ ਜੀ। ਠੀਕ ਹੈ, ਪੰਚਾਇਤ ਮੈਂਬਰ ਸਾਹਿਬ? ਹਾਂ ਜੀ, ਹੈਗੇ। ਇਹ ਪੰਚਾਇਤ ਸਾਹਿਬ ਆਓ ਜੀ, ਆਓ ਪੰਚਾਇਤ ਸਾਹਿਬ ਜੀ, ਆਓ ਜੀ ਇੱਧਰ। ਆ ਦੇਖ ਲਓ, ਤੁਹਾਡੇ ਸਾਹਮਣੇ ਹੀ ਨੇ ਜੋ ਵੀ ਉਹ ਆਪਣੇ ਬੰਦੇ ਮੂੰਹੋਂ ਦੱਸ ਰਹੇ ਨੇ। ਜੀਓ ਜੀ ਸਾਹਿਬ ਤੁਸੀਂ ਵੀ ਆਓ। ਆਓ ਜੀ, ਇਹ ਤੁਹਾਡੇ ਪਿੰਡ ਦੇ ਜੀਓ ਜੀ ਸਾਹਿਬ ਨੇ ਜੀ, ਸਰਪੰਚ ਸਾਹਿਬ। ਹਾਂ ਜੀ, ਹਾਂ ਜੀ, ਹਾਂ ਜੀ। ਹਾਂ ਜੀ, ਇਹ ਤੁਹਾਡੇ ਪੰਚਾਇਤ ਮੈਂਬਰ ਨੇ ਸਾਰੇ ਜੀ? ਹਾਂ ਜੀ। ਠੀਕ ਹੈ ਜੀ। ਅੱਛਾ, ਇਹ ਮੈਂਬਰ ਕਹਿੰਦਾ ਜੀ ਮੈਂ ਕਣਕ ਪੂਰੀ ਦਿੱਤੀ ਹੈ, ਉਹ ਤੁਹਾਡੇ ਬੰਦੇ ਕਹਿ ਰਹੇ ਨੇ ਵੀ ਸਾਨੂੰ ਕਣਕ ਪੂਰੀ ਮਿਲੀ ਨਹੀਂ, ਤੁਸੀਂ ਕਿਹਦੇ ਨਾਲ ਸਹਿਮਤ ਹੋ? ਖੁੱਲ ਕੇ ਬੋਲ ਯਾਰ, ਐਤਕੀ ਮਾਫ ਕਰ ਦੋ, ਖੁੱਲ ਕੇ ਘੱਟ ਦਿੱਤੀ। ਹਾਂ ਜੀ, ਦਿੱਤੀ।
ਕਣਕ ਕੱਟ ਦਿੱਤੀ, ਐਤਕੀ ਮਾਫੀ ਦੇ ਦਿਓ ਜੀ। ਚਲੋ ਉਹਦਾ ਕੋਈ ਗੱਲ ਨਹੀਂ, ਮਤਲਬ ਇੱਥੇ ਕੋਈ ਫਾਂਸੀ ਟੰਗਦਾ ਹੈਗਾ, ਕੋਈ ਗੱਲ ਨਹੀਂ, ਫਿਰ ਵੀ ਕੋਈ ਗੱਲ ਨਹੀਂ, ਪਰ ਤੁਹਾਡੀ ਗਲਤੀ ਹੈਗੀ ਆ ਨਾ। ਹਾਂ ਗਲਤੀ ਹੈ ਜੀ, ਤੁਹਾਨੂੰ 7 ਥੈਲੀ ਦੇਣੀ ਚਾਹੀਦੀ ਹੈ ਨਾ। ਹਾਂ ਹਾਂ ਹੱਕ ਮੰਨਦੇ, ਤੁਸੀਂ ਕੱਟਦੇ, ਤੁਹਾਡੀ ਗਲਤੀ ਹੈ ਨਾ, ਗਲਤੀ ਹੈ, ਇਹ ਚੀਜ਼ ਮੰਨਦੇ ਹੋ? ਮੰਨਦੇ ਹਾਂ। ਠੀਕ ਹੈ ਜੀ, ਐਤਕੀ ਮਾਫ ਕਰ ਦਿਓ ਜੀ। ਕੋਈ ਗੱਲ, ਚਲੋ ਠੀਕ।